देश और दुनिया की तमाम छोटी बड़ी खबरों से अपडेट रहने के लिए हमारा चैनल सब्सक्राइब करें और नोटिफिकेशन के लिए बेल आइकन दबाना न भूलें। हड्डियां मंगा पूरियां खा, हड्डियां मंगा पूरियां खा, कच्चे मुलाजम पकड़े खा, कच्चे मुलाजम पकड़े खा, आटा इकट्ठा जिंदाबाद, पंजाब सरकार मुर्दाबाद, पंजाब सरकार मुर्दाबाद। मनोज प्यार भरी सत श्री अकाल, असं इस टाइम खड़े हाँ पात्रा की नगर कौंसल के जी, जिस सफाई कर्मचारियों की लगातार अणमिथे टाइम की हड़ताल चल रही है। इस टाइम साढ़े को प्रधान सफाई कर्मचारियों के प्रधान कृष्ण जी खड़े हैं, इन्हों पुछा थोड़ी स्ट्राइक किस वास्ते तो की मुद्दे पर स्ट्राइक है थोड़ी। सत श्रीकाल प्रधान जी। सत श्री अकाल जी। जी थोड़ी हड़ताल चल रही है नगर कौंसल की सफाई कर्मचारियों वालों, वो किस वास्ते जा रही है तो किसी के मुद्दे ने थोड़े? पहले तो जी पंजाब म्यूनसीपल एक्शन कमेटी पंजाब वालों स्ट्राइक की गई है। पंजाब के सदे पंजाब म्यूनसीपल एक्शन कमेटी के सदे के उपर असी एक स्ट्राइक कर रहे हैं, जो कि काफ़ी लंबे समय तो संघर्ष करते आ रहे साढ़े कच्चे सफाई कर्मचारी या होर साढ़े नाल जिन्हें जथेबंदियां ने जो भी स्ट्राइक कर रहे हैं, ये अपनी अपनी मंगों को लैके जिदे नाल असी इन्हां दा पूर्ण सहयोग करते हैं। ਸਾਡੀ ਇਸ ਸਟ੍ਰਾਈਕ ਨੂੰ ਕਿੰਨੇ ਦਿਨ ਹੋ ਗਏ ਆ? ਇਹ ਲਗਾਤਾਰ ਜੀ ਅੱਜ 13 ਦਿਨ ਹੋ ਗਏ ਜੀ, ਅੱਜ ਲਗਾਤਾਰ ਸਟ੍ਰਾਈਕ ਕਰਦੇ ਨੂੰ ਜੀ। ਅਤੇ ਤੁਹਾਡੀ ਮੇਨ ਮੰਗ ਕੀ ਹੈ ਵੀ ਸਟ੍ਰਾਈਕ ਦੇ ਵਿੱਚ ਜੋ ਤੁਸੀਂ ਕਹਿਣਾ ਚਾਹੁੰਦੇ ਵੀ ਸਾਨੂੰ ਇਸ ਚੀਜ਼ ਦਾ ਮਿਲਣਾ ਚਾਹੁੰਦਾ? ਇਹ ਜੀ 15-15-20 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਜਿਹੜੇ ਕੱਚੇ ਕਰਮਚਾਰੀ, ਉਹਨਾਂ ਨੂੰ ਪੱਕਾ ਕੀਤਾ ਜਾਵੇ, 6ਵਾਂ ਬੇ ਕਮਿਸ਼ਨ ਜਿਹੜਾ ਸਰਕਾਰ ਨੇ ਲਾਗੂ ਕੀਤਾ ਉਹਨੂੰ ਤੁਰੰਤ ਲਾਗੂ ਕੀਤਾ ਜਾਵੇ। ਅਤੇ ਇਸ ਤੋਂ ਬਾਅਦ ਹੋਰ ਜਿਵੇਂ ਕਰੋਨਾ ਮਹਾਮਾਰੀ ਚੱਲ ਰਹੀ ਹੈ, ਇਸ ਤੋਂ ਉੱਪਰ ਜੋ ਵੀ ਸਰਕਾਰ ਵੱਲੋਂ ਸਾਨੂੰ ਦਿੱਤਾ ਜਾਂਦਾ ਹੈ, ਗਲਵਸ ਮਾਸਕ ਹੋਰ ਇਹ ਸਾਰੇ ਇਕਿਊਪਮੈਂਟ ਸਾਨੂੰ ਦਿੱਤੇ ਜਾਣ। ਅਤੇ ਤੁਸੀਂ ਹੁਣ COVID-19 ਦੀ ਜਿਸ ਤਰ੍ਹਾਂ ਭੈਣੀ ਮੈਚ ਚੱਲ ਰਹੀ ਹੈ, ਇਹਦੇ ਵਿੱਚ ਤੁਸੀਂ ਵੀ ਫਸਟ ਹੋ ਜਿਹੜੇ ਮੰਨੇ ਜਾਂਦੇ ਹੋ ਵੀ ਆਪਣੇ ਫਸਟ ਹੋ ਨੇ, ਉਹਦੇ ਵਿੱਚ ਤੁਸੀਂ ਕੀ ਕੀਤਾ ਜਾ ਰਿਹਾ ਅਤੇ ਕੀ ਅਪੀਲ ਕਰੋਗੇ ਕੁੜੇ ਵਾਸਤੇ? ਇਹਦੇ ਵਿੱਚ ਅਸੀਂ ਇਹੀ ਹੈ ਵੀ ਸਰਕਾਰ ਨੂੰ ਹੀ ਕਰਦੇ ਹਾਂ ਵੀ ਅਸੀਂ ਜਲਦੀ ਤੋਂ ਜਲਦੀ ਸਾਡੀਆਂ ਮੰਗਾਂ ਨੇ ਜਿਹੜੀਆਂ ਪੂਰੀਆਂ ਕੀਤੀਆਂ ਜਾਣ, ਤਾਂ ਜੋ ਇਹ ਮਹਾਂਮਾਰੀ ਤੋਂ ਆਮ ਪਬਲਿਕ ਨੂੰ ਬਚਾਇਆ ਜਾ ਸਕੇ ਅਤੇ ਸ਼ਹਿਰ ਦੀ ਸਫਾਈ ਕੀਤੀ ਜਾ ਸਕੇ। ਚਲੋ ਜੀ, ਧੰਨਵਾਦ ਜੀ, ਇਹਨਾਂ ਨੇ ਸਾਨੂੰ ਆਪਣੀ ਮੰਗਾਂ ਬਾਰੇ ਜਾਣਕਾਰੀ ਦਿੱਤੀ। ਸੁਸ਼ੀਲ ਕੁਮਾਰ ਪਾਤਰਾਂ ਦੇ ਉੱਪਰ ਦੇਖੋ ਜੀ, ਸਫਾਈ ਕਰਮਚਾਰੀਆਂ ਦੀ ਹੜਤਾਲ ਚੱਲ ਰਹੀ ਹੈ। ਇਹ ਹੜਤਾਲ 13-5 ਤੋਂ ਪੰਜਾਬ ਲੈਵਲ 'ਤੇ ਹੜਤਾਲ ਸ਼ੁਰੂ ਹੈ। ਇਹਨਾਂ ਦੀਆਂ ਕੀ ਮੰਗਾਂ ਨੇ? ਇਹ ਜਿਹੜੇ ਮੰਗ ਪੱਤਰ ਇਹਨਾਂ ਜੋ ਪੰਜਾਬ ਦੀ ਕਮੇਟੀ ਹੈ ਉਹਨਾਂ ਵੱਲੋਂ ਸਰਕਾਰ ਨੂੰ ਦਿੱਤਾ ਹੋਇਆ, ਸਾਨੂੰ ਕੋਈ ਇਹਦੇ ਬਾਰੇ ਮੰਗ ਪੱਤਰ ਨਹੀਂ ਦਿੱਤਾ। ਸਿਰਫ ਜਿਹੜੇ ਇੱਥੇ ਜਥੇਬੰਦੀ ਦੇ ਪ੍ਰਧਾਨ ਸੀ ਉਹਨਾਂ ਸਾਨੂੰ ਜਾਣਕਾਰੀ ਦਿੱਤੀ ਵੀ ਸਾਡੀ ਜਿਹੜੀ ਹੜਤਾਲ ਹੈ ਉਹ 13-5 ਤੋਂ ਅਣਮਿੱਥੇ ਸਮੇਂ ਦੀ ਹੜਤਾਲ ਹੈ। ਇਸ ਕਰਕੇ ਸਾਡੇ ਜਿਹੜੇ ਕਰਮਚਾਰੀ ਸਫਾਈ ਕਰਮਚਾਰੀ ਨੇ ਉਹ ਪਿਛਲੇ ਸਮੇਂ ਕੁਛ ਟੋਕਨ ਜਿਹੀ ਹੜਤਾਲ ਮੈਂ ਕਹਿ ਸਕਦਾ ਸੀ, ਪਰ ਹੁਣ ਅੱਜ ਤੋਂ ਪੱਕੇ ਤੌਰ 'ਤੇ ਬੈਠ ਗਏ ਨੇ। ਸ਼ਹਿਰ ਦੇ ਵਿੱਚ ਕੋਈ ਵੀ ਸਫਾਈ ਨਹੀਂ ਕਰ ਰਹੇ ਔਰ ਹੜਤਾਲ 'ਤੇ ਬੈਠੇ। ਮੰਗਾਂ ਕੀ ਨੇ ਇਹ ਉਹਨਾਂ ਨੂੰ ਪਤਾ, ਇਹਦੇ ਬਾਰੇ ਕੋਈ ਜਾਣਕਾਰੀ ਸਾਨੂੰ ਦਿੱਤੀ ਨਹੀਂ। ਮੈਂ ਤਾਂ ਪ੍ਰਧਾਨ ਜੀ ਨੂੰ ਬੁਲਾ ਕੇ ਇੱਥੇ ਕਿਹਾ ਸੀਗਾ ਵੀ ਜੋ ਤੁਹਾਡੀਆਂ ਮੰਗਾਂ ਨੇ ਜੋ ਕੋਈ ਮੰਗ ਪੱਤਰ ਸਾਨੂੰ ਦਿਓ, ਅਸੀਂ ਤੁਹਾਡਾ ਜਿਹੜਾ ਮੰਗ ਪੱਤਰ ਹੈ ਉਹ SDM ਸਾਹਿਬ ਰਾਹੀਂ, ਹਾਂ SDM ਸਾਹਿਬ ਰਾਹੀਂ ਜਿਹੜਾ ਨਾ ਡਿਸੀਜਨ ਭੇਜ ਦਾਂਗੇ। ਪਰ ਜਿਹੜੇ ਕੱਚੇ ਕਰਮਚਾਰੀ ਨੇ ਉਹ ਠੇਕੇਦਾਰ ਰਾਹੀਂ ਕੰਮ ਕਰ ਰਹੇ ਨੇ, ਠੇਕੇ ਤੋਂ ਕੋਈ ਪੱਕੇ ਹੋਣ ਬਾਰੇ ਗੱਲ ਕਰਨਾ ਚਾਹੁੰਦੇ ਵੀ ਸਾਨੂੰ ਪੱਕਾ ਕੀਤਾ ਜਾਵੇ ਕਿ ਉਹਨਾਂ ਰਾਹੀਂ ਮਾਧਿਅਮ ਰਾਹੀਂ ਪਤਾ ਲੱਗ ਗਿਆ ਵੀ ਮੰਗ ਪੱਤਰ 'ਚ ਕੋਈ ਚੀਜ਼ ਦੱਸ ਦਿੰਦੀ। ਹਾਂ ਸਾਡੀਆਂ ਮੰਗਾਂ ਪੂਰੀਆਂ ਖਾ, ਸਾਡੀਆਂ ਮੰਗਾਂ ਪੂਰੀਆਂ ਖਾ, ਕੱਚੇ ਮੁਲਾਜ਼ਮ ਪੱਕੇ